ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਦਿਨੋਂ ਦਿਨ ਵੱਧਦੀ ਮਹਿੰਗਾਈ ਨੇ ਹੁਣ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ। ਹੁਣ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਚੁੱਕਾ ਹੈ। ਘਰੇਲੂ ਗੈਸ ਸਿਲੰਡਰ ਜੋ 1000 ਰੁਪਏ ਤੋਂ ਘੱਟ ਦੇ ਵਿੱਚ ਮਿਲਦਾ ਸੀ, ਹੁਣ ਇਸ ਦੀ ਕੀਮਤ 1000 ਤੋਂ ਪਾਰ ਹੋ ਚੁੱਕੀ ਹੈ। ਅੱਜ ਤੋਂ ਇਹ ਨਵੀਆਂ ਕੀਮਤਾਂ ਲਾਗੂ ਕੀਤੀਆਂ ਗਈਆਂ ਨੇ। ਪੂਰੇ ਦੇਸ਼ ਦੇ ਵਿੱਚ ਹੁਣ ਘਰੇਲੂ ਗੈਸ ਸਿਲੰਡਰ 1000 ਤੋਂ ਵੱਧ ਦਾ ਹੋ ਚੁੱਕਾ ਹੈ। ਲੋਕ ਜਿੱਥੇ ਦਿਨੋਂ ਦਿਨ ਮਹਿੰਗਾਈ ਦੀ ਮਾਰ ਝੱਲ ਰਹੇ ਨੇ, ਦਿਨੋਂ ਦਿਨ ਲੋਕ ਜੋ ਨੇ ਪਰੇਸ਼ਾਨ ਹੋ ਰਹੇ ਨੇ। ਜਿੰਨੇ ਗਰੀਬ ਅਤੇ ਮੱਧਮ ਵਰਗ ਦੇ ਲੋਕ ਨੇ, ਉਹਨਾਂ ਦੇ ਲਈ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਚੀਜ਼ਾਂ, ਖਾਣ ਪੀਣ ਦੀਆਂ ਚੀਜ਼ਾਂ ਲੈਣਾ ਵੀ ਔਖਾ ਹੁੰਦਾ ਜਾ ਰਿਹਾ। ਪੈਟਰੋਲ ਅਤੇ ਡੀਜ਼ਲ ਦੇ ਵਿੱਚ ਲਗਾਤਾਰ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਤਾਂ ਹੁਣ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵੀ ਤੀਸਰੀ ਵਾਰ ਵਾਧਾ ਹੋ ਚੁੱਕਾ ਹੈ। ਪਿਛਲੇ 2 ਤੋਂ 3 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 2 ਤੋਂ 3 ਮਹੀਨਿਆਂ ਦੇ ਵਿੱਚ ਤੀਸਰੀ ਵਾਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਅਤੇ ਹੁਣ ਇਹ ਕੀਮਤ ਜੋ ਹੈ ਘਰੇਲੂ ਗੈਸ ਸਿਲੰਡਰ ਦੀ 1000 ਤੋਂ ਪਾਰ ਹੋ ਚੁੱਕੀ ਹੈ। ਅੱਜ ਤੋਂ ਘਰੇਲੂ LPG ਸਿਲੰਡਰ ਦੀ ਕੀਮਤ ਦੁਬਾਰਾ ਤੋਂ ਵਧਾਈ ਗਈ ਹੈ ਅਤੇ ਇਸ ਦੇ ਵਿੱਚ ਵਾਧਾ ਹੋਇਆ ਅਤੇ ਰਸੋਈ ਗੈਸ ਸਿਲੰਡਰ ਪੂਰੇ ਦੇਸ਼ ਦੇ ਵਿੱਚ 1000 ਤੋਂ ਪਾਰ ਹੋ ਚੁੱਕਾ ਅਤੇ ਹੁਣ ਆਮ ਲੋਕਾਂ ਦੀ ਜੇਬ 'ਤੇ ਵੱਡਾ ਝਟਕਾ ਲੱਗਾ। 1029 ਤੱਕ ਕੀਮਤ ਪਹੁੰਚ ਚੁੱਕੀ ਹੈ ਘਰੇਲੂ ਗੈਸ ਸਿਲੰਡਰ ਦੀ। ਤੁਹਾਡੀਆਂ ਜੇਬਾਂ 'ਤੇ ਵੱਡਾ ਕੱਟ ਲੱਗ ਚੁੱਕਾ ਹੈ। ਹੁਣ ਜਿੱਥੇ ਦਿਨੋਂ ਦਿਨ ਹੋਰ ਚੀਜ਼ਾਂ 'ਚ ਮਹਿੰਗਾਈ ਵੱਧਦੀ ਜਾ ਰਹੀ ਹੈ, ਖਾਣ ਪੀਣ ਦੀਆਂ ਚੀਜ਼ਾਂ ਜੋ ਨੇ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ, ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਵਾਧਾ ਹੋਇਆ ਅਤੇ CNG ਦੀ ਕੀਮਤ ਦੇ ਵਿੱਚ ਵਾਧਾ ਹੋਇਆ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਅਤੇ ਅਜਿਹੇ ਦੇ ਵਿੱਚ ਹੁਣ ਤੀਸਰੀ ਵਾਰ ਲਗਾਤਾਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਗਈ ਹੈ। ਦੇਸ਼ ਦੇ ਵਿੱਚ ਇੰਧਨ ਦੇ ਮੋਰਚੇ 'ਤੇ ਲਗਾਤਾਰ ਮਹਿੰਗਾਈ ਦਾ ਕਰੰਟ ਲੱਗ ਰਿਹਾ। ਅੱਜ ਇੱਕ ਵਾਰ ਫਿਰ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਵੱਡਾ ਵਾਧਾ ਕੀਤਾ ਗਿਆ ਅਤੇ ਹੁਣ ਇਹ ਜੋ ਘਰੇਲੂ LPG ਗੈਸ ਸਿਲੰਡਰ ਹੈ ਤਾਂ ਇਸ ਦੀ ਕੀਮਤ ਦੇ ਵਿੱਚ 3.50 ਰੁਪਏ ਦਾ ਵਾਧਾ ਹੋਇਆ ਅਤੇ ਉੱਥੇ ਕਮਰਸ਼ੀਅਲ ਗੈਸ ਸਿਲੰਡਰ 8 ਰੁਪਏ ਮਹਿੰਗਾ ਹੋਇਆ। ਵੱਖ ਵੱਖ ਥਾਵਾਂ 'ਤੇ ਕੀਮਤਾਂ ਜੋ ਨੇ ਘਰੇਲੂ ਗੈਸ ਸਿਲੰਡਰ ਦੀਆਂ ਵੱਖ ਵੱਖ ਨੇ, ਤਾਂ ਜੋ ਇੱਕ ਜਨਰਲ ਕੀਮਤ ਹੈ ਘਰੇਲੂ ਗੈਸ ਸਿਲੰਡਰ ਦੀ 1003 ਰੁਪਏ ਹੋਈ ਹੈ ਤਾਂ ਅਖੀਰ ਤੱਕ 1029 ਤੱਕ ਕੀਮਤ ਪਹੁੰਚ ਚੁੱਕੀ ਹੈ। ਵੱਖ ਵੱਖ ਥਾਵਾਂ 'ਤੇ ਵੱਖ ਵੱਖ ਕੀਮਤਾਂ ਨੇ ਪਰ 1000 ਰੁਪਏ ਤੋਂ ਪਾਰ ਹੋ ਚੁੱਕੀਆਂ ਨੇ ਕੀਮਤਾਂ। ਅੱਜ ਦਿੱਲੀ ਅਤੇ ਬੰਬੇ ਦੇ ਵਿੱਚ 14.2 ਕਿਲੋ ਵਾਲਾ ਜੋ ਘਰੇਲੂ ਗੈਸ ਸਿਲੰਡਰ ਹੈ ਉਸਦੇ ਵਿੱਚ ਕੀਮਤ, ਉਸਦੀ ਜੋ ਕੀਮਤ ਹੈ 1003 ਰੁਪਏ ਹੋਏਗੀ। ਤਾਂ ਪਿਛਲੇ 1 ਸਾਲ ਦੇ ਵਿੱਚ ਦਿੱਲੀ ਦੇ ਵਿੱਚ ਘਰੇਲੂ LPG ਸਿਲੰਡਰ ਦੀ ਕੀਮਤ 809 ਰੁਪਏ ਤੋਂ 1003 ਰੁਪਏ ਤੱਕ ਪਹੁੰਚ ਚੁੱਕੀ ਹੈ। ਅੱਜ ਕੋਲਕਾਤਾ ਦੇ ਵਿੱਚ ਜੋ ਘਰੇਲੂ ਗੈਸ ਸਿਲੰਡਰ ਹੈ ਉਸਦੀ ਕੀਮਤ 1029 ਰੁਪਏ ਹੈ, ਤਾਂ ਚੇਨਈ ਦੇ ਵਿੱਚ 1018.5 ਰੁਪਏ ਹੈ। ਸਭ ਤੋਂ ਵੱਧ ਇਸ ਸਮੇਂ ਘਰੇਲੂ ਗੈਸ ਸਿਲੰਡਰ ਦੀ ਕੀਮਤ ਕੋਲਕਾਤਾ ਦੇ ਵਿੱਚ ਹੈ, ਜੋ ਕਿ 1029 ਰੁਪਏ ਦਾ ਵਿਕ ਰਿਹਾ। ਤਾਂ ਇਸ ਦੇ ਨਾਲ ਲੋਕਾਂ ਨੂੰ ਖਾਣਾ ਪਕਾਉਣਾ ਹੋਰ ਵੀ ਮਹਿੰਗਾ ਹੋ ਗਿਆ। ਦੇਸ਼ ਦੇ ਵਿੱਚ ਇਸ ਤੋਂ ਪਹਿਲਾਂ 7 ਮਈ 2022 ਨੂੰ ਵੀ ਘਰੇਲੂ LPG ਸਿਲੰਡਰ ਦੇ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ। ਉਸ ਸਮੇਂ 50 ਰੁਪਏ ਪ੍ਰਤੀ ਸਿਲੰਡਰ ਪਿੱਛੇ ਵਾਧਾ ਕੀਤਾ ਗਿਆ ਸੀ। ਵੱਡਾ ਵਾਧਾ ਜੋ ਉਸ ਸਮੇਂ ਕੀਤਾ ਗਿਆ ਸੀ, 50 ਰੁਪਏ ਕੀਮਤ ਵਧਾਈ ਗਈ ਸੀ। ਇਸ ਦੇ ਨਾਲ ਹੀ ਮਈ ਮਹੀਨੇ ਦੇ ਵਿੱਚ ਦੂਜੀ ਵਾਰ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਧਾਈਆਂ ਜਾ ਚੁੱਕੀਆਂ ਨੇ। ਉੱਥੇ ਹੀ ਅੱਜ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 8 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ। ਅਤੇ ਇੱਕ ਵਾਰ ਤੁਹਾਨੂੰ ਹੁਣ ਵੱਖ ਵੱਖ ਸ਼ਹਿਰ ਦੱਸ ਦਿੰਦੇ ਹਾਂ ਕਿ ਕਿੱਥੇ ਸਿਲੰਡਰ ਦੀ ਕੀਮਤ ਕਿੰਨੀ ਹੋ ਰਹੀ ਹੈ। ਦਿੱਲੀ ਦੇ ਵਿੱਚ 14 ਕਿਲੋ ਵਾਲਾ ਜੋ ਸਿਲੰਡਰ ਹੈ 1003 ਰੁਪਏ ਦਾ ਵਿਕ ਰਿਹਾ। ਕੋਲਕਾਤਾ ਦੇ ਵਿੱਚ 1029 ਰੁਪਏ ਦਾ ਵਿਕ ਰਿਹਾ ਘਰੇਲੂ ਗੈਸ ਸਿਲੰਡਰ। ਬੰਬੇ ਦੇ ਵਿੱਚ 1002.50 ਰੁਪਏ ਪ੍ਰਤੀ ਸਿਲੰਡਰ ਕੀਮਤ ਹੋ ਗਈ ਹੈ ਅਤੇ ਚੇਨਈ ਦੇ ਵਿੱਚ 1018.50 ਰੁਪਏ ਪ੍ਰਤੀ ਸਿਲੰਡਰ ਕੀਮਤ ਹੈ ਇਸ ਸਮੇਂ ਘਰੇਲੂ ਸਿਲੰਡਰ ਦੀ। ਤਾਂ ਉੱਥੇ ਹੀ ਜੇਕਰ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ 8 ਰੁਪਏ ਦਾ ਵਾਧਾ ਹੋਇਆ ਕੀਮਤ ਦੇ ਵਿੱਚ। ਤਾਂ ਦਿੱਲੀ ਦੇ ਵਿੱਚ ਕਮਰਸ਼ੀਅਲ ਗੈਸ ਸਿਲੰਡਰ 2354 ਯਾਨੀ ਕਿ 2354 ਰੁਪਏ ਪ੍ਰਤੀ ਸਿਲੰਡਰ ਵਿਕ ਰਿਹਾ। ਕੋਲਕਾਤਾ ਦੇ ਵਿੱਚ 2454 ਰੁਪਏ ਪ੍ਰਤੀ ਸਿਲੰਡਰ ਕੀਮਤ ਹੋ ਗਈ ਹੈ। ਬੰਬੇ ਦੇ ਵਿੱਚ 2306 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਦੇ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਸਭ ਤੋਂ ਵਧੇਰੇ ਮਹਿੰਗਾ ਵਿਕ ਰਿਹਾ, ਜਿਸ ਦੀ ਕੀਮਤ
2,570 रुपए प्रति सिलेंडर हो गई है, यानी कि 2,500 तो वध चेन्नई दे विच कमर्शियल गैस सिलेंडर की कीमत हो चुकी है। तो लगातार जिस तरीके दे नाल महंगाई वधदी जा रही है, तो लोग जो ने लगातार महंगाई की मार हेठ दबदे जा रहे ने। एक बार फिर तो ये जो महंगाई है आम लोगों का लक तोड़ती जा रही है, जिथे रूस ते यूक्रेन की जंग विचाले पेट्रोल ते डीजल दी कीमत वधाई गई, तो घरेलू गैस सिलेंडर की कीमत वधाई गई, कमर्शियल गैस सिलेंडर की कीमत वधाई गई। तो अजिहे दे विच एक बार फिर तो 7 मई 2022 नूं घरेलू गैस सिलेंडर की कीमत 50 रुपए प्रति सिलेंडर महंगा करन तो बाद दूजी बार फिर जो मई दे महीने दे विच अज 19 मई नूं कीमत वधा दित्तियां गईयां ने, तां हुण घरेलू गैस सिलेंडर जो है पूरे देश दे विच 1,000 तो पार हो चुका है। हुण वख-वख थावां ते वख-वख कीमतां तो होणगीआं, पर 1,000 तो घट हुण कितें वी कीमत नहीं होएगी। 1,000 तो वध कीमत हो चुकी है घरेलू गैस सिलेंडर दी, तां हुण लोकां नूं आम लोकां नूं ते इसकी वड्डी मार पै रही है, वड्डी मार पैण वाली है। अज तो ये कीमतां लागू कर दित्तियां गईयां ने, तां हुण पूरे देश दे विच घरेलू गैस सिलेंडर 1,000 तो पार मिलेगा। लोकां नूं वड्डियां दिक्कतां दा सामना करना पएगा इस वधदी महंगाई दे नाल।